कि 2008 ਦੇ ਵਿੱਚ ਗੁਮਟਾਲਾ ਜੇਲ੍ਹ ਦੇ ਵਿੱਚ ਨਿਹੰਗ ਅਜੀਤ ਸਿੰਘ ਪੂਲੇ ਨੂੰ ਅੱਗ ਲਗਾ ਕੇ ਜੀਦੇ ਨੂੰ ਜਲਾ ਦਿੱਤਾ ਗਿਆ ਸੀਗਾ ਔਰ ਉਸ ਕੇਸ ਦੇ ਵਿੱਚ ਸਾਡੇ ਨਾਮ ਨਾਮਜ਼ਦ ਹੋਏ ਸਨ ਮੇਰਾ ਨਵਤੇਜ ਸਿੰਘ ਦੂਸਰਾ ਹਰਚੰਦ ਸਿੰਘ ਹਰਪ੍ਰੀਤ ਸਿੰਘ ਉਸ ਕਾਂਡ ਉੱਪਰ ਸਾਨੂੰ ਪਤਾ ਲੱਗਾ ਹੈ ਕਿ ਕੋਈ ਪਿਕਚਰ ਬਣ ਰਹੀ ਹੈ ਕਹਾਣੀ ਦਾ ਤਾਂ ਸਾਨੂੰ ਹੀ ਪਤਾ ਸੀ ਨਾ ਕਿ ਕਿੱਦਾਂ ਕਿੱਦਾਂ ਅੰਦਰ ਹੋਇਆ ਕੀ ਅੰਦਰ ਹੋਇਆ ਉਹ ਸਾਡੇ ਕੋਲ ਕਿਸੇ ਨੇ ਨਹੀਂ ਪੁੱਛਿਆ ਅਤੇ ਬਸ ਆਪਣੇ ਆਪਣੀ ਮਨ ਘੜਤ ਜੋ ਮਨ 'ਚ ਆਇਆ ਉੱਦਾਂ ਕਰਕੇ ਜੋ ਸੁਣੀਆਂ ਸੁਣਾਈਆਂ ਗੱਲਾਂ ਉਹਨਾਂ ਦੇ ਹਿਸਾਬ ਨਾਲ ਫਿਲਮ ਤਿਆਰ ਕਰ ਦਿੱਤੀ ਇਹਨਾਂ ਨੇ ਕਿਉਂਕਿ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਅਗਰ ਉਹ ਮੈਟਰ 'ਤੇ ਪਿਕਚਰ ਬਣੇ ਤਾਂ ਬਿਲਕੁਲ ਓਰੀਜਨਲ ਔਰ ਸਾਰਾ ਕੁਝ ਰਿਐਲਿਟੀ ਦੇ ਤੌਰ 'ਤੇ ਲੋਕਾਂ ਸਾਹਮਣੇ ਆਏ ਸੱਚਾਈ ਸਾਹਮਣੇ ਆਏ ਰਿਲੀਜ਼ ਕਰਨ ਲੱਗੇ ਨੇ ਕੋਈ 10-12 ਦਿਨਾਂ ਤੱਕ ਇਹਨਾਂ ਨੇ ਰਿਲੀਜ਼ ਕਰਨੀ ਹੈ ਫਿਲਮ ਪਰ ਆਪਾਂ ਪਹਿਲਾਂ ਹਾਈ ਕੋਰਟ 'ਚ ਜਾਵਾਂਗੇ ਔਰ ਹਾਈ ਕੋਰਟ 'ਚ ਜਾ ਕੇ ਅਤੇ ਇਹਦੇ ਖਿਲਾਫ ਆਪਾਂ ਇਹਦਾ ਸਟੇਅ ਲਵਾਂਗੇ ਸੋ ਇਸ ਕਰਕੇ ਪਿਕਚਰ ਆਪਾਂ ਹਰ ਹਾਲਤ ਵਿੱਚ ਬੰਦ ਕਰਾਉਣੀ ਆ ਜਿਹੜਾ ਇੱਕ ਮੁੱਦਾ ਬੜਾ ਗੰਭੀਰ ਸਾਹਮਣੇ ਆਇਆ ਹੈ ਕਿ 2008 ਦੇ ਵਿੱਚ ਗੁਮਟਾਲਾ ਜੇਲ੍ਹ ਦੇ ਵਿੱਚ ਨਿਹੰਗ ਅਜੀਤ ਸਿੰਘ ਪੂਲੇ ਨੂੰ ਅੱਗ ਲਗਾ ਕੇ ਜੀਦੇ ਨੂੰ ਜਲਾ ਦਿੱਤਾ ਗਿਆ ਸੀਗਾ ਔਰ ਉਸ ਕੇਸ ਦੇ ਵਿੱਚ ਸਾਡੇ ਨਾਮ ਨਾਮਜ਼ਦ ਹੋਏ ਸਨ ਮੇਰਾ ਨਵਤੇਜ ਸਿੰਘ ਦੂਸਰਾ ਹਰਚੰਦ ਸਿੰਘ ਹਰਪ੍ਰੀਤ ਸਿੰਘ ਔਰ 3-4 ਨਾਮ ਹੋਰ ਸੀਗੇ ਉਹ ਬਾਅਦ ਵਿੱਚ ਨਿਕਲ ਗਏ ਸੀਗੇ ਉਸ ਵਾਕਿਆ ਦੇ ਉੱਤੇ ਉਸ ਕਾਂਡ ਉੱਪਰ ਸਾਨੂੰ ਪਤਾ ਲੱਗਾ ਹੈ ਕਿ ਕੋਈ ਪਿਕਚਰ ਬਣ ਰਹੀ ਆ ਔਰ ਜਦੋਂ ਉਸ ਪਿਕਚਰ ਨੂੰ ਅਸੀਂ ਸਾਨੂੰ ਅਚਾਨਕ ਪਤਾ ਲੱਗਾ ਕਿ ਉਹ ਪਿਕਚਰ ਬਣ ਕੇ ਤਿਆਰ ਵੀ ਹੋ ਗਈ ਆ ਸਾਡੇ ਕੋਲੋਂ ਕਿਸੇ ਨੇ ਨਹੀਂ ਕੁਝ ਪੁੱਛਿਆ ਸਾਡੇ ਕੋਲੋਂ ਕੋਈ ਜਾਣਨ ਦੀ ਕੋਸ਼ਿਸ਼ ਨਹੀਂ ਕਿ ਸਾਰੀ ਕਹਾਣੀ ਦਾ ਤਾਂ ਸਾਨੂੰ ਹੀ ਪਤਾ ਸੀ ਨਾ ਕਿ ਕਿੱਦਾਂ ਕਿੱਦਾਂ ਅੰਦਰ ਹੋਇਆ ਕੀ ਅੰਦਰ ਹੋਇਆ ਉਹ ਸਾਡੇ ਕੋਲ ਕਿਸੇ ਨੇ ਨਹੀਂ ਪੁੱਛਿਆ ਅਤੇ ਬਸ ਆਪਣੇ ਆਪਣੀ ਮਨ ਘੜਤ ਜੋ ਮਨ 'ਚ ਆਇਆ ਉੱਦਾਂ ਕਰਕੇ ਜੋ ਸੁਣੀਆਂ ਸੁਣਾਈਆਂ ਗੱਲਾਂ ਉਹਨਾਂ ਦੇ ਹਿਸਾਬ ਨਾਲ ਫਿਲਮ ਤਿਆਰ ਕਰ ਦਿੱਤੀ ਇਹਨਾਂ ਨੇ ਜਿਹਦਾ ਨਾਂ ਕੋਈ ਇਹਨਾਂ ਨੇ ਮਸੰਦ ਵਗੈਰਾ ਰੱਖਿਆ ਹੈ ਔਰ ਇਹਦੇ ਵਿੱਚ ਪ੍ਰੋਡਿਊਸਰ ਆ ਕੋਈ ਵਿਨੇ ਜਿੰਦਲ ਔਰ ਵਿਕਰਾਂਤ ਸਿੱਧੂ ਆ ਕੋਈ ਜਿਹੜੇ ਇਹ ਕਰ ਰਹੇ ਨੇ ਪਰ ਇਹ ਬਹੁਤ ਹੀ ਇਹਨਾਂ ਨੇ ਆ ਘਟੀਆ ਹਰਕਤ ਕੀਤੀ ਆ ਕਿ ਮਤਲਬ ਤੁਸੀਂ ਜਿੰਨਾ ਬੰਦਿਆਂ ਦੀ ਸਟੋਰੀ ਆ ਤੁਸੀਂ ਉਹਨਾਂ ਕੋਲ ਪੁੱਛਗਿੱਛ ਨਹੀਂ ਕੀਤੀ ਜਾ ਕੇ ਉਹਨਾਂ ਨੂੰ ਦਿਖਾਓ ਲੋਕ ਤਾਂ ਮੰਨ ਲਓ 20 ਮਿੰਟ ਦੀ ਪਿਕਚਰ ਬਣ ਜੇ ਤਾਂ ਫਿਰ ਉਹਨਾਂ ਨੂੰ ਦਿਖਾਈ ਜਾਂਦੀ ਆ ਕਿ ਆਹ ਦੇਖੋ 20 ਮਿੰਟ ਦੀ ਪਿਕਚਰ ਬਣ ਗਈ ਤੁਹਾਡੇ ਹਿਸਾਬ ਨਾਲ ਠੀਕ ਹੈ ਨਾ ਸਾਰਾ ਕੁਝ ਠੀਕ ਚੱਲ ਰਿਹਾ ਕਿਉਂਕਿ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਅਗਰ ਉਹ ਮੈਟਰ 'ਤੇ ਪਿਕਚਰ ਬਣੇ ਤਾਂ ਬਿਲਕੁਲ ਓਰੀਜਨਲ ਔਰ ਸਾਰਾ ਕੁਝ ਰਿਐਲਿਟੀ ਦੇ ਤੌਰ 'ਤੇ ਲੋਕਾਂ ਸਾਹਮਣੇ ਆਏ ਸੱਚਾਈ ਸਾਹਮਣੇ ਆਏ ਪਰ ਸਾਨੂੰ 3 ਸਾਲਾਂ 'ਚ ਕੋਈ ਮਿਲਿਆ ਨਹੀਂ 3 ਸਾਲ ਫਿਲਮ ਬਣਦੀ ਨੂੰ ਹੋ ਗਏ ਨੇ 3 ਸਾਲ ਸਾਨੂੰ ਤਾਂ ਕੋਈ ਮਿਲਿਆ ਨਹੀਂ ਇਹਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਜੋ ਵੀ ਇਹਨਾਂ ਨੇ ਮਨ ਘੜਤੀ ਡਾਇਲਗ ਮਾਰੇ ਨੇ ਔਰ ਆਪੇ ਹੀ ਜੋ ਸੁਣੀਆਂ ਸੁਣਾਈਆਂ ਗੱਲਾਂ ਵਿੱਚ ਪਾਤੀਆਂ ਨੇ ਅਤੇ ਦੂਜੀ ਗੱਲ ਇਹ ਹੈ ਕਿ ਪ੍ਰੋਪਰ ਡੀ ਗ੍ਰੇਡ ਦੀ ਫਿਲਮ ਆ ਕੋਈ ਇਹਦੇ ਵਿੱਚ ਚੰਗਾ ਕਰੈਕਟਰ ਨਹੀਂ ਗਾ ਕੋਈ ਹੀਰੋ ਕੋਈ ਵਿਲਨ ਸਭ ਇਹਨਾਂ ਨੇ ਇੱਦਾਂ ਹੀ ਇਕੱਠੇ ਇਕੁੱਠੇ ਕਰਕੇ 20-25 ਜਾਣੇ ਅਤੇ ਫਿਲਮ ਬਣਾ ਲਈ ਕਿ ਚਲੋ ਕੰਸੈਪਟ ਵੱਡਾ ਵਾ ਅਤੇ ਚਲੋ 4 ਪੈਸੇ ਹੀ ਕਮਾਵਾਂਗੇ ਅਤੇ ਹੁਣ ਸਾਨੂੰ ਲੱਗਾ ਪਤਾ ਕਿ ਇਹ ਰਿਲੀਜ਼ ਕਰਨ ਲੱਗੇ ਨੇ ਕੋਈ 10-12 ਦਿਨਾਂ ਤੱਕ ਇਹਨਾਂ ਨੇ ਰਿਲੀਜ਼ ਕਰਨੀ ਹੈ ਫਿਲਮ ਪਰ ਆਪਾਂ ਪਹਿਲਾਂ ਹਾਈ ਕੋਰਟ 'ਚ ਜਾਵਾਂਗੇ ਔਰ ਹਾਈ ਕੋਰਟ 'ਚ ਜਾ ਕੇ ਅਤੇ ਇਹਦੇ ਖਿਲਾਫ ਆਪਾਂ ਇਹਦਾ ਸਟੇਅ ਲਵਾਂਗੇ ਔਰ ਦੂਜੀ ਗੱਲ ਹੋਰ ਆ ਅਜੇ ਸਾਡਾ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ ਸਾਡਾ ਕੇਸ ਅਜੇ ਕਾਫੀ ਗਰਮਾਇਆ ਹੋਇਆ ਹੈ ਕੋਈ ਵੀ ਬੰਦਾ ਰਿੱਟ ਪਾ ਸਕਦਾ ਹਾਈ ਕੋਰਟ 'ਚ ਜਾ ਕੇ ਸੋ ਇਸ ਕਰਕੇ ਜੇਕਰ ਇਹਨਾਂ ਨੇ ਤਾਂ ਆਪਣੀ ਆ ਡੀ ਗ੍ਰੇਡ ਦੀ ਫਿਲਮ ਜੋ ਵੀ ਇਹਨਾਂ ਮਨ ਘੜਤ ਇਹਨਾਂ ਦੇ ਮਨ 'ਚ ਗੱਲਾਂ ਗੁੱਲਾਂ ਆਈਆਂ ਜਿੱਦਾਂ ਫਿਲਮ ਦੇ ਵਿੱਚ ਵਧਾ ਚੜ੍ਹਾ ਕੇ ਬਣਾ ਦਿੰਦੇ ਨੇ ਅਤੇ ਇਹਨਾਂ ਨੇ ਤਾਂ ਆਪਣੀ ਫਿਲਮ ਚਲਾ ਲੈਣੀ ਅਤੇ ਬਾਅਦ 'ਚ ਸਾਨੂੰ ਕਿੰਨੀ ਤੰਗੀ ਆਉਣੀ ਆ ਜਿਹੜਾ ਸਾਡਾ ਕੇਸ ਲੱਗਾ ਹਾਈ ਕੋਰਟ 'ਚ ਲੋਕਾਂ ਦੇ ਵਿੱਚ ਲਾਲਾ ਹੋ ਜਾਣੀ ਵੀ ਜੇ ਇੰਨਾ ਵੱਡੀ ਫਿਲਮ 'ਚ ਇੰਨਾ ਕੁਝ ਇਹਨਾਂ ਨੇ ਇੰਨਾ ਕੁਝ ਕੀਤਾ ਅਤੇ ਬਾਹਰ ਕਿਉਂ ਖੜ੍ਹੇ ਨੇ ਇਹਦੇ ਅੰਦਰ ਚਾਹੀਦੇ ਸੀ ਕਈ ਵਿਰੋਧੀ ਵੀ ਹੁੰਦੇ ਨੇ ਸੋ ਇਸ ਕਰਕੇ ਪਿਕਚਰ ਆਪਾਂ ਹਰ ਹਾਲਤ ਵਿੱਚ ਬੰਦ ਕਰਾਉਣੀ ਆ ਔਰ ਦੂਸਰੀ ਜਿਹੜੀ ਸਭ ਤੋਂ ਖਾਸ ਗੱਲ ਆ ਕਿ ਇਹ ਫਿਲਮ ਸਾਡਾ ਕੋਈ ਇੱਦਾਂ ਦਾ ਮੋਟਿਵ ਨਹੀਂ ਕਿ ਅਸੀਂ ਇਹਨਾਂ ਨੂੰ ਇੰਜ ਪ੍ਰੈਸਪੋਂਸ ਕਰਕੇ ਅਤੇ ਇਹਨਾਂ ਨੂੰ ਕਹਾਂਗੇ ਜੀ ਤੁਸੀਂ ਸਾਡੀ ਰੋਇਲਟੀ ਨਹੀਂ ਰੱਖੀ ਇੱਦਾਂ ਸਾਨੂੰ ਇੱਕ ਵੀ ਚੀਜ਼ ਦਾ ਕੋਈ ਨਹੀਂ ਗਾ ਮਤਲਬ
चाहे सानू कोई करोड़ा रुपया दे दे, पर मैं अपनी चेयर ते बह के हॉस्पिटल दे थले बैठा हाँ। ये फिल्म डीग्रेड आ, और डीग्रेड फिल्म जिहड़ी आ ये कदे भी पूला कांड नू एक्सप्लेन नहीं कर सकती, क्योंकि उन्हू एक्सप्लेन करन वास्ते बहुत ही वड्डे डायरेक्टर और वधिया करैक्टर और वधिया विलन और बहुत पैसा लगेगा, तो फिर वो पिक्चर बनेगी और फिर वो पिक्चर समाज वास्ते एक बड़ा वड्डा मैसेज बनेगी। सो विचारां नू समाप्त, सत श्री अकाल। ते सो वीरियो बाकी ये आ भी 2008 च जीत सिंह पूला निहंग उस केस दे विच साडा नाम नामजद होया ही, सरदार नवतेज सिंह गग्गू ते हरचंद सिंह पिंड माड़ी खंबोगे। वीरो बेनती ये आ भी जिहड़ी पूले कांड ते एक मसंद फिल्म तैयार हुई आ ते बिल्कुल उहदे विरोध दे विच असीं दोवें भरा, क्योंकि वह फिल्म जिहड़ी आ 11 तरीक नूं लगनी आ तो बिल्कुल जिहड़ी सिनेमाघर दे विच ना लगी जावे ते असीं रोक हाई कोर्ट भी जा रहे हां ते हाई कोर्ट दे विच भी जा के थोड़े दिहाड़ी डंग दे विच विच उत्ते रोक लवाई जाएगी। ते सारे वीरां नूं मेरी ये हाथ जोड़ के बेनती आ कि वध तों वध साडा साथ दिओ। जिहड़ी ये 11 तरीक नूं फिल्म लगनी आ मसंद, ते इह सिनेमाघरां दे विच जां उह लुधियाणे जां उह अमृतसर ना लगे, ते वध तों वध साडा जिहड़ा उह साथ दिओ। ते क्योंकि इह जिहड़ी मसंद फिल्म आ इह तोड़ मड़ोड़ के उहनां ने बणाई आ, इक कहानी जिहड़ी आ उह पूले वाली विखाई गई आ भावें ना उहनां दे चेंज कीते आ। ते क्योंकि पंजाब दे विच सारे वर्ल्ड दे विच इहो जिहा कम्म जेल दे विच ना कोई होया ही ते ना कोई होणा हाली। ते बाकी ये आ भी बड़ी तोड़ मरोड़ के वह जिहड़ी चीज़ उह पेश कीती गई आ, ते बाकी वध तों वध साडा साथ दिओ। ते इह आ भी 11 तरीक नूं जिहड़ी उह लगनी फिल्म तो आपां सिनेमाघरां दे विच बिल्कुल लगन नहीं देनी, ते हाई कोर्ट भी असीं जिहड़ा उहदा दरवाजा जा के हाई कोर्ट का खड़कावांगे। ते बहुत बहुत सारे वीरां दा धन्नवाद। वाहिगुरू जी का खालसा, वाहिगुरू जी।